ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਇਸ YouTube ਚੈਨਲ ਦੇ ਵਿੱਚ। ਅੱਜ ਆਪਾਂ ਪੋਟੈਟੋ ਫਿੰਗਰ ਬਣਾਵਾਂਗੇ। ਇਹ ਆਪਾਂ ਇੱਕ ਅਲੱਗ ਤਰੀਕੇ ਨਾਲ ਬਣਾਵਾਂਗੇ। ਆਪਾਂ ਨੇ ਉਬਲੇ ਹੋਏ ਆਲੂ ਲਏ ਨੇ, 4 ਮੀਡੀਅਮ ਸਾਈਜ਼ ਦੇ ਉਬਲੇ ਹੋਏ ਆਲੂ ਲਏ ਸੀ ਮੈਂ। ਆਲੂਆਂ ਨੂੰ ਆਪਾਂ ਨੇ ਕੁੱਕਰ ਦੇ ਵਿੱਚ ਉਬਾਲ ਲਿਆ ਸੌਫਟ ਹੋਣ ਤੱਕ। ਹੁਣ ਆਪਾਂ ਆਲੂਆਂ ਨੂੰ ਇਸ ਤਰ੍ਹਾਂ ਇਹਦੇ ਵਿੱਚ ਛਲਨੀ ਦੇ ਵਿੱਚ ਇੱਕ ਸਟੀਲ ਦੀ ਛਲਨੀ ਲਵਾਂਗੇ ਅਤੇ ਛਲਨੀ ਦੇ ਵਿੱਚ ਇੱਦਾਂ ਕਰਕੇ ਮੈਸ਼ ਕਰਾਂਗੇ ਤਾਂ ਕਿ ਬਿਲਕੁਲ ਸਮੂਦ ਪੇਸਟ ਤਿਆਰ ਹੋ ਜਾਏ ਇਹਨਾਂ ਦਾ। ਸਾਰੇ ਆਲੂਆਂ ਨੂੰ ਆਪਾਂ ਨੇ ਛਲਨੀ ਵਿੱਚੋਂ ਕੱਢ ਲਿਆ, ਬਹੁਤ ਹੀ ਸਮੂਦ ਜਿਹਾ ਪੇਸਟ ਤਿਆਰ ਹੋ ਗਿਆ। ਹੁਣ ਆਪਾਂ ਇਹਦੇ ਵਿੱਚ 3 ਟੇਬਲ ਸਪੂਨ ਕੋਰਨਫਲੋਰ ਦੇ ਪਾਵਾਂਗੇ, 1 ਛੋਟਾ ਚਮਚ ਨਮਕ ਦਾ ਪਾ ਦਾਂਗੇ ਜਾਂ ਫਿਰ ਨਮਕ ਸਵਾਦ ਅਨੁਸਾਰ ਪਾਵਾਂਗੇ, 1/2 ਟੀਸਪੂਨ ਆਪਾਂ ਚਿਲੀ ਫਲੈਕਸ ਪਾ ਦਾਂਗੇ। ਹੁਣ ਆਪਾਂ ਇਹਨੂੰ ਹੱਥ ਦੇ ਨਾਲ ਆਟੇ ਦੀ ਤਰ੍ਹਾਂ ਇਸ ਤਰ੍ਹਾਂ ਗੁੰਨ ਲਾਂਗੇ, ਬਿਲਕੁਲ ਆਟੇ ਦੀ ਤਰ੍ਹਾਂ ਆਪਾਂ ਇੱਕ ਡੋ ਜਿਹਾ ਤਿਆਰ ਕਰ ਲਿਆ। ਹਲਕਾ ਤੇਲ ਦਾ ਹੱਥ ਲਾ ਲਾਂਗੇ ਆਪਾਂ ਇਹਨੂੰ, ਥੋੜ੍ਹਾ ਜਿਹਾ ਤੇਲ ਦਾ ਹੱਥ ਲਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਕੱਠਾ ਕਰ ਲਾਂਗੇ। ਹੁਣ ਮੈਂ ਇਹਨਾਂ ਨੂੰ 2 ਹਿੱਸਿਆਂ 'ਚ ਡਿਵਾਈਡ ਕਰ ਦੂੰਗੀ। ਹੁਣ ਆਪਾਂ ਇੱਕ ਚੱਕਲਾ ਲਵਾਂਗੇ, ਚੱਕਲੇ ਦੇ ਉੱਤੇ ਆਪਾਂ ਥੋੜ੍ਹਾ ਜਿਹਾ ਤੇਲ ਲਾ ਲਾਂਗੇ, ਵੇਲਣੇ ਦੇ ਉੱਤੇ ਵੀ ਥੋੜ੍ਹਾ ਜਿਹਾ ਤੇਲ ਲਾ ਲਾਂਗੇ ਤਾਂ ਕਿ ਚਿਪਕੇ ਨਾ। ਹੁਣ ਆਪਾਂ ਇਹਨੂੰ ਵੇਲ ਲਾਂਗੇ। ਇੰਨੀ ਕੁ ਥਿਕਨੈਸ ਰੱਖਾਂਗੇ ਆਪਾਂ, ਬਹੁਤ ਜ਼ਿਆਦਾ ਪਤਲਾ ਵੀ ਨਹੀਂ ਵੇਲਣਾ। ਹੁਣ ਆਪਾਂ ਇਹਦੇ ਜਿਹੜੇ ਕਿਨਾਰੇ ਨੇ ਉਹਨਾਂ ਨੂੰ ਕੱਟ ਦਾਂਗੇ। ਇਹਨੂੰ ਆਪਾਂ ਦੁਬਾਰਾ ਫਿਰ ਯੂਜ਼ ਕਰ ਲਾਂਗੇ ਅਤੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਫਿੰਗਰ ਕੱਟ ਲਾਂਗੇ। ਸਰ੍ਹੋਂ ਦਾ ਤੇਲ ਲਿਆ ਮੈਂ, ਤੇਲ ਨੂੰ ਆਪਾਂ ਧੂੰਆਂ ਉੱਠਣ ਤੱਕ ਗਰਮ ਕਰ ਲਿਆ, ਉਸ ਤੋਂ ਬਾਅਦ ਇਹਨੂੰ ਠੰਡਾ ਕਰ ਲਿਆ। ਹੁਣ ਆਪਾਂ ਇਹਨੂੰ ਮੀਡੀਅਮ ਜਿਹਾ ਗਰਮ ਰੱਖਣਾ ਅਤੇ ਇਹ ਜਿਹੜੇ ਆਪਣੇ ਪੋਟੈਟੋ ਫਿੰਗਰ ਨੇ ਇਹਦੇ ਵਿੱਚ ਪਾ ਦਾਂਗੇ। ਲਾਈਟ ਬਰਾਊਨ ਹੋਣ ਤੱਕ ਆਪਾਂ ਇਹਨੂੰ ਫਰਾਈ ਕਰਾਂਗੇ, ਕਿਉਂਕਿ ਆਪਾਂ ਇਹਨੂੰ ਡਬਲ ਫਰਾਈ ਕਰਨਾ, ਇਸ ਲਈ ਆਪਾਂ ਇਹਨੂੰ ਲਾਈਟ ਬਰਾਊਨ ਜਿਹਾ ਕਰਕੇ ਕੱਢ ਲਾਂਗੇ। ਇਹਨੂੰ ਐਕਸਟਰਾ ਕ੍ਰਿਸਪੀ ਕਰਨ ਵਾਸਤੇ ਆਪਾਂ ਡਬਲ ਫਰਾਈ ਕਰਾਂਗੇ। ਇਸੇ ਤਰੀਕੇ ਨਾਲ ਆਪਾਂ ਦੂਸਰਾ ਵਾਲਾ ਜਿਹੜਾ ਪੇੜਾ ਲਿਆ ਸੀ ਉਹ ਵੀ ਵੇਲ ਲਿਆ, ਉਹਨੂੰ ਵੀ ਇੱਦਾਂ ਹੀ ਕੱਟ ਲਾਂਗੇ। ਇਸੇ ਤਰ੍ਹਾਂ ਇਹਦੇ ਵੀ ਫਿੰਗਰ ਕੱਟ ਲਾਂਗੇ। ਸੈਕਿੰਡ ਬੈਚ ਵੀ ਪਾ ਦਾਂਗੇ। ਸੈਕਿੰਡ ਬੈਚ ਵੀ ਆਪਣਾ ਤਿਆਰ ਹੋ ਗਿਆ, ਇਹਨੂੰ ਵੀ ਲਾਈਟ ਬਰਾਊਨ ਕਰਕੇ ਕੱਢ ਲਾਂਗੇ ਆਪਾਂ। ਜਿਹੜੇ ਫਰੈਂਚ ਫਰਾਈ ਆਪਾਂ ਲਾਈਟ ਬਰਾਊਨ ਕਰਕੇ ਕੱਢੇ ਸੀ, ਹੁਣ ਆਪਾਂ ਮੀਡੀਅਮ ਸੇਕ ਦੇ ਉੱਤੇ ਇਹਨਾਂ ਨੂੰ ਮੀਡੀਅਮ ਗਰਮ ਤੇਲ ਦੇ ਉੱਤੇ ਇਹਨਾਂ ਨੂੰ ਦੁਬਾਰਾ ਫਰਾਈ ਕਰਾਂਗੇ। ਇਹਨਾਂ ਨੂੰ ਪਏ ਹੋਏ 10 ਮਿੰਟ ਹੋ ਗਏ ਨੇ। ਹੁਣ ਆਪਾਂ ਇਹਨੂੰ ਗੋਲਡਨ ਬਰਾਊਨ ਹੋਣ ਤੱਕ ਤਲ ਲਾਂਗੇ। ਗੋਲਡਨ ਬਰਾਊਨ ਹੋ ਗਏ ਨੇ, ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ।
ਉੱਪਰ ਥੋੜਾ ਜਿਹਾ ਚਾਟ ਮਸਾਲਾ ਛਿੜਕ ਕੇ ਆਪਾਂ ਇਹਨਾਂ ਨੂੰ ਸਰਵ ਕਰਾਂਗੇ। ਫ੍ਰੈਂਚ ਫਰਾਈ ਨੂੰ ਆਪਾਂ ਟੋਮੈਟੋ ਸੌਸ ਨਾਲ, ਹਰੀ ਚਟਨੀ ਨਾਲ ਜਾਂ ਫਿਰ ਮਿਓਨੀ ਡਿਪ ਨਾਲ, ਕਿਸੇ ਵੀ ਤਰੀਕੇ ਨਾਲ, ਕਿਸੇ ਵੀ ਡਿਪ ਨਾਲ ਆਪਾਂ ਸਰਵ ਕਰ ਸਕਦੇ ਹਾਂ। ਤਾਂ ਬਹੁਤ ਹੀ ਕੁਰਕਰੇ ਅਤੇ ਸਵਾਦਿਸ਼ਟ ਫ੍ਰੈਂਚ ਫਰਾਈ ਬਣ ਕੇ ਤਿਆਰ ਹੋਏ ਨੇ ਫ੍ਰੈਂਡਸ, ਤੁਸੀਂ ਵੀ ਇੱਦਾਂ ਹੀ ਬਣਾ ਕੇ ਦੇਖਿਓ। ਤੁਸੀਂ ਵੀ ਇੱਦਾਂ ਹੀ ਬਣਾ ਕੇ ਦੇਖਿਓ ਜੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ। ਫਰੈਂਡ ਤੁਸੀਂ ਵੀ ਇੱਦਾਂ ਹੀ ਬਣਾ ਕੇ ਦੇਖਿਓ ਜੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ। ਥੈਂਕ ਯੂ ਜੀ।